ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਡੇ ਨਾਲ ਵਧੀਆ ਹੋਵੋਗੇ ਘੈਂਟ ਹੋਵੋਗੇ ਤੇ ਚੜ੍ਹਦੀ ਕਲਾ ਤੋਂ ਹੋ ਗਿਆ ਸੋ ਅੱਜ ਹੈ ਜੀ ਡੇ 3 ਤੇ ਆਪਾਂ ਜਾ ਰਹੇ ਹਾਂ ਬ੍ਰੇਕਫਾਸਟ ਕਰਨ ਸੋ ਕੱਲ ਰਾਤ ਦਾ ਤੁਹਾਨੂੰ ਦੱਸਦੀ ਹਾਂ ਕੱਲ ਰਾਤ ਦਾ ਚੱਲ ਰਿਹਾ ਸੀਗਾ ਕਿ ਚੈਲ ਜਾਵਾਂਗੇ ਨਹੀਂ ਜਾਵਾਂਗੇ ਸਰ ਨੇ ਸਾਨੂੰ ਸਵੇਰੇ ਸਵੇਰੇ ਇਮੋਸ਼ਨਲ ਕਰਤਾ 7:30 ਵਜੇ ਮੈਸੇਜ ਆਇਆ ਕਿ ਆ ਤਾਂ ਸਾਰੇ ਚੈਲ ਜਾਓ ਜਾਂ ਤਾਂ ਸਾਰੇ ਹੋਟਲ 'ਚ ਰਹੋ ਨਹੀਂ ਤਾਂ ਸਾਰੇ ਨਵੀਂ ਜਗ੍ਹਾ ਕਸੌਲੀ ਜਾਓ ਹੁਣ ਅਸੀਂ ਮੈਨੂੰ ਪਤਾ ਕਿਉਂ ਲੱਗਦਾ ਮੈਨੂੰ ਹਜੇ ਵੀ ਲੱਗਦਾ ਕਿ ਸਰ ਆਪਣੇ ਪ੍ਰੋਮਿਸਸ ਤੇ ਖਰਾ ਨਹੀਂ ਉਤਰਨਗੇ ਸਰ ਸਾਨੂੰ ਸਾਰਿਆਂ ਨੂੰ ਬਿਠਾ ਲੈਣਗੇ ਫਿਰ ਪੋਸੀਬਿਲਿਟੀ ਹੈ ਕਿ ਚੈਲ ਜੇ ਲੜਾਈ ਹੋ ਗਈ ਫਿਰ ਅਸੀਂ ਕੱਚ ਕਸੌਲੀ ਜਾਵਾਂਗੇ ਹਮ ਜਾਣਾ ਹੀ ਨਹੀਂ ਹੈ ਮੈਂ ਤਾਂ ਟ੍ਰਾਈ ਹੋ ਰਿਹਾ ਪੂਰੀ ਹੀ ਰਹੇਗਾ ਕਿ ਉਹ ਕਸੌਲੀ ਜਾਏ ਹਾਂ ਅਰ ਅਭੀ ਹਮ ਪਹਿਲੇ ਕਰਾਂਗੇ ਬ੍ਰੇਕਫਾਸਟ ਕਿਉਂਕਿ ਸਿਰਫ 15 ਮਿੰਟ ਰਹਿ ਗਏ ਬਹੁਤ ਟਾਈਮ ਹੈ ਕੁਝ ਦਿਖ ਜਿਹੜੇ ਬੰਦੇ ਕਹਿ ਰਹੇ ਸੀਗੇ ਜਿਹੜੇ ਬੰਦੇ ਕਹਿ ਰਹੇ ਸੀ ਅਸੀਂ ਨਹੀਂ ਜਾਣੇ ਉਹੀ ਰੈਡੀ ਨੇ ਅ ਦੇਖੋ ਇਹਨਾਂ ਦੋਨਾਂ ਦੀ ਡੈਡੀਕੇਸ਼ਨ ਦੇਖੋ ਟ੍ਰੈਕਿੰਗ ਤੋਂ ਬਾਅਦ ਟ੍ਰੈਕਿੰਗ ਤੋਂ ਬਾਅਦ ਇੱਕ ਹੋਰ ਟ੍ਰੈਕਿੰਗ ਤੇਰੇ ਚਾਲ ਸੀ ਚਾਲ ਹੁਣ ਆਪਾਂ ਚੈਲ ਹੀ ਜਾ ਰਹੇ ਹਾਂ ਸਾਜਿਸ਼ ਚਲ ਆਪਾਂ ਚੈਲ ਜਾ ਰਹੇ ਹਾਂ ਤੇ ਸਾਡੀ ਆਵਾਜ਼ ਫਲਾਣਾ ਟਿਮਕਾ ਡੁੱਲ ਗਏ ਸਰ ਨੇ ਸੁਮੀਤ ਮੈਮ ਤੋਂ ਵੋਟਾਂ ਪਵਾ ਕੇ ਤਾਲੇ ਸਾਰੇ ਪਾਸੇ ਗੁਰਮੈਂ ਜਾਣਾ ਕਿ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਚਲੋ ਸਰ ਚੈਲ ਚਲੀਏ ਤੂੰ ਜਾ ਸਰ ਚੈਲ ਜਾ ਰਹੇ ਕਿ ਕਿੱਥੇ ਪਹਿਲੇ ਕਹਾਂ ਜਾ ਰਹੇ ਹਾਂ ਚੈਲ ਇਹ ਧੋਖੇਬਾਜ਼ ਲੜਕੀ ਇਹ ਹਮੇ ਲੈ ਕੇ ਜਾ ਰਹੀ ਹੈ ਜ਼ਬਰਦਸਤੀ ਮੈਂ ਨਹੀਂ ਜਾ ਰਹੀ ਇਸਨੇ ਬਿਲਕੁਲ ਕੱਲ ਵੀ ਹਮੇ ਜ਼ਬਰਦਸਤੀ ਸ਼ਿਮਲਾ ਲੈ ਕੇ ਗਈ ਅੱਜ ਵੀ ਹਮੇ ਇਸ ਟ੍ਰਿਪ ਤੇ ਨਾ ਮਨਵੀਰ ਨੂੰ ਵੀ ਨਾਲ ਲੈ ਕੇ ਕੱਲ ਸਰ ਕਹਿੰਦੇ ਕੱਲ ਸ਼ਾਮੀ ਮਨਵੀਰ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਜੋ ਮੈਂ ਮਨਵੀਰ ਨਾਲ ਕੀਤੀ ਮੈਂ ਕਿ ਗੱਲ ਕਿਹੜੀ ਹੈ ਗੱਲ ਆਹੀ ਸੀ ਕਿ ਜਿਹੜੇ ਹੁਣ ਤੁਸੀਂ ਕਹੀਏ ਚਲੋ ਚੈਲ ਚੈਲ ਨੇ ਅੱਜ ਵੀ ਬੰਦੇ ਇਕੱਠੇ ਕਰ ਲੈਣੇ ਇੱਕ ਕਸੌਲੀ 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 ਵੈਸੇ ਸੱਚੀ ਦੱਸੋ ਬਠਿੰਡੀ ਕਨੇਡੀ ਦੀ ਕਾਲੀ ਚਲ ਦਿਲੋਂ ਦੱਸੋ ਤੁਹਾਨੂੰ ਕੀ ਲੱਗਦਾ ਕਿੱਥੇ ਜਾ ਰਿਹਾ ਦਿਲੋਂ ਦੱਸੋ ਗੈਸ ਕਰ ਦਿਓ ਦਿਲੋਂ ਤਾਂ ਚੈਲ ਹੀ ਲੱਗ ਰਿਹਾ ਬਟ ਚੈਲ 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 ਦਿਲੋ ਕੀ ਲੱਗ ਰਿਹਾ ਚੈਲ ਪਹੁੰਚ ਗਈ ਫਿਰ ਚੈਲ ਸੋ ਦਿਸ ਇਜ਼ ਦ ਬਿਊਟੀਫੁਲ ਐਂਬੀਅੰਸ ਆਫ ਦ ਚੈਲ ਪੈਲੇਸ ਬਹੁਤ ਹੀ ਸੋਹਣਾ ਤੇ ਖਾਣਾ ਵੀ ਬਹੁਤ ਹੀ ਸਵਾਦ ਸੀ ਇੱਥੇ ਤਾਂ ਕਿਸੇ ਕਾਰਨ ਵਸ਼ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਿਮਲਾ ਵਿੱਚ ਜਗ੍ਹਾ ਨਹੀਂ ਦਿੱਤੀ ਸੀ ਅੱਛਾ ਸੋ ਹੀ ਟੁਕ ਓਵਰ ਚੈਲ ਐਂਡ ਹੀ ਮੇਡ ਹਿਸ ਬੰਗਲਾ ਹੈ ਉਹ ਵਾਹ ਇਹਨੂੰ ਕਹਿੰਦੇ ਆ ਕਿ ਕੀ ਹੋਣਾ ਗਰਾਰੀ ਹੋਣਾ ਮਹਾਰਾਜਾ ਪਟਿਆਲਾ ਨਹੀਂ ਇਹਨੂੰ ਕਹਿੰਦੇ ਗਰਾਰੀ ਹੋਣਾ ਗਰਾਰੀ ਕਿ ਤੁਸੀਂ ਹਿਮਾਚਲ ਚ ਸਾਨੂੰ ਜਗ੍ਹਾ ਦਿੱਤੀ ਸੀ ਚੈਲ ਹੀ ਖਰੀਦ ਲਿਆ ਸ਼ਿਮਲਾ ਦੇ ਵਿੱਚ ਤੁਹਾਨੂੰ ਤਾਂ ਵਾਹ ਯੂ ਵਿਲ ਸੀ ਦ ਸਨ ਚੈਲ ਨੂੰ ਚੱਲੀਏ ਪੰਜਾਬ ਡਾਇਨੈਸਟੀ ਦੇ ਸੁਪਰ ਮੇਸੇ ਦੇਖੋਗੇ ਐਕਚੁਅਲੀ ਇਹ ਬਹੁਤ ਸੋਹਣਾ ਮੈਂ ਤੁਹਾਨੂੰ ਦਿਖਾਣੀ ਆ ਰਣਜੀਤ ਜੀ ਨੇ ਤੇ ਸ਼ਹਿਰ ਖਰੀਦਿਆ ਸੀ ਤੇ ਅਸੀਂ ਤੇ ਡਾਈਨਿੰਗ ਹਾਲ ਖਰੀਦਿਆ ਪਹਿਲਾਂ ਕਿ ਤੁਸੀਂ ਚੈਲ ਆਨ ਦਾ ਮੇਨ ਮਕਸਦ ਕਿ ਜਿਹੜੀ ਤੁਸੀਂ ਲਾਈਟਾਂ ਲਾਈਆਂ ਸੀ ਉਹ ਤੁਸੀਂ ਕਦੋਂ ਲਾਈਆਂ ਸੀ ਤੇ ਕਿੱਥੇ ਲਾਈਆਂ ਸੀ ਮੈਂ ਸਨ 2005 ਚ ਇੰਟਰਕ੍ਰਾਫਟ ਤੇ ਨੌਕਰੀ ਕਰਦਾ ਸੀ ਤੇ ਇੱਥੋਂ ਇੱਕ ਟੈਂਡਰ ਨਿਕਲਿਆ ਸੀ ਕਿ ਲਾਈਟਾਂ ਲਾਣੀਆਂ ਹੈਗੀਆਂ ਅੱਛਾ ਇੱਥੇ ਮੈਂ ਇੱਥੇ ਆ ਕੇ ਲਾਈਟਾਂ ਲਾਈਆਂ ਸੀਗੀਆਂ ਇੱਥੇ ਸਵਾਟ ਵਾਲੀ ਲਾਈਟ ਤੁਹਾਨੂੰ ਮੈਂ ਬਾਅਦ ਦਿਖਾਵਾਂਗਾ ਲੱਗੀ ਹੋਈ ਆ ਹਜੇ ਫਾਈਨਲੀ ਸਾਡਾ ਚੈਲ ਪੈਲੇਸ ਦਾ ਟੂਰ ਖਤਮ ਹੁੰਦਾ ਹੁਣ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਚੱਲੇ ਆ ਟਾਰਗੇਟ ਪੂਰਾ ਹੋ ਗਿਆ ਅਗਲੇ ਸਾਲ ਫਿਰ ਇੱਥੇ ਜਾ ਕੇ ਮੱਥਾ ਟੇਕਾਂਗੇ ਬਟ ਅਸੀਂ ਨਵੀਂ ਟੈਕਨੀਕ ਲੱਭੀ ਆ ਉਹਦੇ ਨਾਲ ਥੋੜਾ ਫਾਇਦਾ ਹੁੰਦਾ ਪ੍ਰੋਵਾਈਡਡ ਰਸਤਾ ਸਹੀ ਹੋਵੇ ਥੋੜੀ ਦੇਰ ਤੱਕ ਕਰਕੇ ਦਿਖਾਉਂਦੇ ਆ ਬੇਸਤੀ ਨੂੰ ਹੋਜੋ ਮੇਰੀ ਵਾਹਿਗੁਰੂ ਜੀ ਫਿਰ ਚੈਲ ਦਾ ਗੁਰਦੁਆਰਾ ਸਾਹਿਬ ਹੈ
ਇੱਥੇ 200 ਮੀਟਰ ਦੀ ਦੂਰੀ ਤੇ ਗੁਰਦੁਆਰਾ ਹੈ ਬਟ ਅਸੀਂ ਉੱਥੇ ਚੜ ਕੇ ਜਾ ਰਹੇ ਹਾਂ ਕਿਉਂਕਿ ਸਾਡੇ ਡਰਾਈਵਰ ਸਾਹਿਬ ਨੇ ਮਨਾ ਕਰਤਾ ਕਿ ਮੈਂ ਨਹੀਂ ਗੱਡੀ ਲੈ ਕੇ ਜਾਣੀ ਉਹ ਟੈਕਨੀਕ ਕਰੋ ਮਨਪ੍ਰੀਤ ਸਿੰਘ ਨੇ ਬਤਾਈ ਹੈ ਨਿਕਿਤਾ ਟੈਕਨੀਕ ਕਰੋ ਐਸੇ ਇਹ ਬੋਲਾ ਇਹ ਐਸੇ ਕਿ ਅਗਰ ਪਿੱਛੇ ਕੋ ਕੇ ਚੱਲेंगे ਬੈਕਵਰਡਸ ਤੋ ਬਾਡੀ ਪੇ ਭਾਰ ਕਮ ਪੜੇਗਾ ਯਾਰ ਸਹੀ ਹੈ ਅਗਮ ਕਰ ਫਿਰ ਤੂੰ ਸੱਚੀ ਸਹੀ ਹੈ ਲੱਤਾਂ ਨੂੰ ਰਿਲੈਕਸ ਮਿਲਦਾ ਹੈ ਭਾਈ ਕਹਿੰਦੇ ਜੇ ਲੇਜੀ ਬੰਦੇ ਤੋਂ ਕੰਮ ਕਰਾਓਗੇ ਸ਼ਾਰਟਕਟ ਲੱਭ ਲੈਣਗੇ ਕੰਮ ਕਰਨ ਦਾ ਵੈਰੀ ਗੁੱਡ ਇਹ ਦੇਖੋ ਇਹ ਸਭ ਤੋਂ ਛੋਟਾ ਬੱਚਾ ਮਾਰਾ ਵੈਰੀ ਗੁੱਡ ਹੈ ਨਾ ਸਰ ਤੁਹਾਡੀ ਦੁਨੀਆ ਸਰ ਜੋਸ਼ ਚਾਹੁੰਦੇ ਹੋਏ ਓ ਮਾਈ ਗੋਡ ਓ ਮਾਈ ਗੋਡ ਓ ਮਾਈ ਗੋਡ ਓ ਮਾਈ ਗੋਡ ਓ ਓ ਤੁਸੀਂ ਕੀ ਕਰ ਰਹੇ ਹੋ ਸਾਰੀ ਬਣਾਣਗੇ ਇਕੱਲੇ ਬੈਂਕਰ ਸਰ ਕੀ ਰਾਜ ਹੈ 100 ਕਿਲੋਮੀਟਰ ਦੀ ਇਹ ਜਿਹੜੀ ਪੂਰੀ ਕਰਦੇ ਨਾ ਉਹ ਹੈ ਉਹਦਾ ਸਰ ਨੇ ਸਰ ਦਾ ਸਾਹ ਨਹੀਂ ਆ ਰਿਹਾ ਜਿੱਦਾਂ हमें हमें गुरुद्वारे देखने की इच्छा है बहुत ज्यादा ओह माय गॉड तो इस करके सानू जोश आ जाता अंदर अंदर ही मैं जी आंदी है मतलब आई होए ये अंदर हो फिर वाहेगुरु साहब जी पापा गुरुद्वारा साहब के दर्शन कर रहे हैं जी एंड गुरुद्वारा साहब ना बहुत ही ब्यूटीफुल जी जगह पे बनया हुआ है एक ही ने उत्थे भाई जी ਉਹੀ ਉੱਥੇ ਸੇਵਾ ਸੰਭਾਲ ਰਹੇ ਨੇ ਤੇ ਮੈਨੂੰ ਇੰਨਾ ਵਧੀਆ ਲੱਗਿਆ ਉਹ ਕਹਿੰਦੇ ਕਿ ਵੈਸੇ ਉਹਨਾਂ ਨੂੰ ਡੇਲੀ ਵੇਜ ਮਿਲਦੀ ਹੈ ਉਹ ਕਹਿੰਦੇ ਮੈਂ ਹੀ ਇੱਥੇ ਦਾ ਇੰਪਲੋਇਰ ਹਾਂ ਅਤੇ ਮੈਂ ਹੀ ਇੰਪਲੋਈ ਹਾਂ ਅਤੇ ਮੈਂ ਹੀ ਸਾਰਾ ਕੰਮ ਕਰਦਾ ਅਤੇ ਉਹ ਸਾਰੇ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਨੇ ਤਾਂ ਤੁਹਾਡਾ ਵੀ ਜਦੋਂ ਵੀ ਮੌਕਾ ਲੱਗੇ ਚਹਿਲ ਆਉਣ ਦਾ ਅਤੇ ਜ਼ਰੂਰ ਵਿਜ਼ਿਟ ਕਰਕੇ ਜਾਇਓ ਅਲੱਗ ਤਰ੍ਹਾਂ ਦਾ ਪੀਸ ਅਲੱਗ ਤਰ੍ਹਾਂ ਦੀ ਸ਼ਾਂਤੀ ਅਤੇ ਬਹੁਤ ਹੀ ਬਿਊਟੀਫੁਲ ਸਰਾਊਂਡਿੰਗ 'ਚ ਗੁਰਦੁਆਰਾ ਸਾਹਿਬ ਹੈ ਅਤੇ ਹੁਕਮਨਾਮਾ ਸਾਹਿਬ ਵੀ ਇਹੀ ਸੀਗਾ ਜੀ ਉੱਥੇ ਜਦੋਂ ਉਹਨਾਂ ਨੇ ਲਿੱਤਾ ਕਿ ਜੀ ਉਹ ਤਪਤ ਹੈ ਬਾਹਰੋਂ ਬਾਹਰ ਹੈ ਨਾ ਅਤੇ ਉਹ ਕਹਿੰਦੇ ਨੇ ਕਿ ਬਾਣੀ ਤੋਂ ਬਿਨਾਂ ਦੁੱਖ ਹੋਣਾ ਬਾਣੀ ਤੋਂ ਬਿਨਾਂ ਤਪਣਾ ਹੈ ਨਾ ਜੇ ਬਾਣੀ ਵਿਸਰ ਗਈ ਫਿਰ ਜਿਵੇਂ ਇੱਕ ਰੋਗੀ ਕਲਪਦਾ ਹੈ ਨਾ ਤੜਫਦਾ ਹੈ ਉਵੇਂ ਸੇਮ ਇਨਸਾਨ ਦਾ ਹਾਲਤ ਹੋ ਜਾਂਦੀ ਹੈ ਕਿ ਕੰਮ ਜੋ ਮਰਜ਼ੀ ਕਰੋ ਪਰ ਰੱਬ ਨੂੰ ਚਿਤਾਰਨਾ ਤਾਂ ਰੱਬ ਜੀ ਸਾਨੂੰ ਨਾ ਇਹ ਰਿਮਾਈਂਡਰ ਵੀ ਦੇ ਦਿੰਦੇ ਨੇ ਅਸੀਂ ਉਹਨੇ ਇਹੀ ਗੱਲ ਕਰ ਰਹੇ ਸੀਗੇ ਅਸੀਂ ਘੁੰਮਣ ਆਇਆ ਤਾਂ ਰੱਬ ਜੀ ਰਿਮਾਈਂਡਰ ਦੇ ਰਹੇ ਨੇ ਕਿ ਜੋ ਮਰਜ਼ੀ ਕਰੋ ਬਟ ਇੱਕੋ ਪਰਮਾਤਮਾ ਪ੍ਰਭੂ ਪਤੀ ਨੂੰ ਨਹੀਂ ਭੁੱਲਣਾ ਹੈਗਾ ਉਹਨਾਂ ਨੂੰ ਯਾਦ ਰੱਖਣਾ ਹੈ ਕਿਉਂਕਿ ਜੇ ਉਹਨਾਂ ਨੂੰ ਚਿਤਾਰਤਾ ਤਾਂ ਫਿਰ ਬਸ ਸਾਡਾ ਇਸ ਦੁਨੀਆਂ 'ਚ ਕੁਛ ਨਹੀਂ ਹੈਗਾ